ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਤੇ। ਇਸ ਸਮੇਂ ਦੀ ਵੱਡੀ ਖਬਰ, ਕੇਂਦਰ ਸਰਕਾਰ ਵੱਲੋਂ ਅਨਲੌਕ 5 ਦੀਆਂ ਗਾਈਡਲਾਈਨਸ ਨੂੰ ਜਾਰੀ ਕਰ ਦਿੱਤਾ ਗਿਆ ਹੈ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ, ਅਨਲੌਕ 4 ਦੀਆਂ ਗਾਈਡਲਾਈਨਸ ਅੱਜ ਤੱਕ ਸੀਗੀਆਂ 30 ਸਪਤੰਬਰ ਤੱਕ, ਤੇ ਅੱਜ ਹੁਣ ਕੇਂਦਰ ਸਰਕਾਰ ਵੱਲੋਂ ਅਨਲੌਕ 5 ਦੀਆਂ ਗਾਈਡਲਾਈਨਸ ਨੂੰ ਜਾਰੀ ਕਰ ਦਿੱਤਾ ਗਿਆ ਹੈ। ਆਓ ਤੁਹਾਡੇ ਨਾਲ ਹੁਣ ਸਾਂਝੀਆਂ ਕਰਦੇ ਹਾਂ ਅਨਲੌਕ 5 ਦੀਆਂ ਗਾਈਡਲਾਈਨਸ। ਅਨਲੌਕ 5 ਦੀਆਂ ਗਾਈਡਲਾਈਨਸ ਦੇ ਵਿੱਚ ਕੇਂਦਰ ਸਰਕਾਰ ਵੱਲੋਂ 15 ਅਕਤੂਬਰ ਤੋਂ ਜਿਹੜੀਆਂ ਛੋਟ ਦੇਣੀਆਂ ਸ਼ੁਰੂ ਕੀਤੀਆਂ ਗਈਆਂ ਨੇ। ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦਿੰਦਾ, 15 ਅਕਤੂਬਰ ਤੋਂ ਸਿਨੇਮਾ ਹਾਲ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਸਿਨੇਮਾ ਹਾਲ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਪਰ 50% ਕਪੈਸਿਟੀ ਦੇ ਨਾਲ। ਜੇ ਸਿਨੇਮਾ ਹਾਲ ਦੇ ਵਿੱਚ 100 ਬੰਦਿਆਂ ਦੀ ਕਪੈਸਿਟੀ ਦੀ ਸੀਟ ਹੋਵੇਗੀ ਤਾਂ 50% ਬੰਦਿਆਂ ਨੂੰ ਹੀ ਉੱਥੇ ਫਿਲਮ ਦਿਖਾਈ ਜਾ ਸਕਦੀ ਹੈ। ਇਹ ਸਭ ਤੋਂ ਵੱਡੀ ਖਬਰ ਹੈ ਕਿ ਕਾਫੀ ਮਹੀਨਿਆਂ ਤੋਂ ਸਿਨੇਮਾ ਹਾਲ ਬੰਦ ਪਏ ਸਨ, ਅਤੇ ਹੁਣ 15 ਅਕਤੂਬਰ ਤੋਂ ਕੇਂਦਰ ਸਰਕਾਰ ਵੱਲੋਂ ਸਿਨੇਮਾ ਹਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਪਰ ਇੱਥੇ ਦੱਸਣਯੋਗ ਗੱਲ ਇਹ ਹੈ ਕਿ ਸਾਰੀਆਂ ਚੀਜ਼ਾਂ ਜੋ ਵੀ ਹੁਣ ਅਸੀਂ ਤੁਹਾਨੂੰ ਦੱਸਾਂਗੇ, ਇਹ ਸੂਬਾ ਸਰਕਾਰ ਦੇ ਉੱਤੇ ਦਿੱਤੀ ਗਈ ਹੈ ਕਿ ਉਹਦੀ SOP ਅਤੇ ਉਹਨੂੰ ਪਰਮਿਸ਼ਨ ਕਿਸ ਤਰੀਕੇ ਨਾਲ ਦੇਣੀ ਹੈ, ਕਿਸ ਤਰੀਕੇ ਨਾਲ ਸਾਰੀ SOP ਜਾਰੀ ਹੋਏਗੀ। ਇਹ ਪੰਜਾਬ ਗਵਰਨਮੈਂਟ ਅਤੇ ਸੂਬਾ ਸਰਕਾਰਾਂ ਹੀ, ਹਰ ਸੂਬੇ ਦੀਆਂ ਸਰਕਾਰਾਂ ਉਹਨੂੰ ਡਿਸਾਈਡ ਕਰਨਗੀਆਂ। ਉਹਦੇ ਨਾਲ ਹੀ ਦੱਸ ਦਈਏ ਕਿ B2B ਬਿਜ਼ਨਸ ਟੂ ਬਿਜ਼ਨਸ ਐਗਜੀਬਿਸ਼ਨ ਜਿਹੜੇ ਹੁੰਦੇ ਸਨ, ਉਹਨਾਂ ਨੂੰ ਵੀ ਸਟਾਰਟ ਕਰ ਦਿੱਤਾ ਗਿਆ ਹੈ 15 ਅਕਤੂਬਰ ਤੋਂ। ਅਤੇ ਇਸ ਦੇ ਨਾਲ ਹੀ ਸਵਿਮਿੰਗ ਪੂਲ ਨੂੰ ਵੀ ਇਜਾਜ਼ਤ ਦੇ ਦਿੱਤੀ ਗਈ ਹੈ। ਸਵਿਮਿੰਗ ਪੂਲ ਦੱਸ ਦਈਏ ਕਿ ਸਵਿਮਿੰਗ ਪੂਲ ਸਿਰਫ ਸਪੋਰਟਸ ਪਰਸਨ ਦੇ ਲਈ ਖੁੱਲ੍ਹਣਗੇ, ਜਿਨ੍ਹਾਂ ਨੇ ਆਪਣੀ ਗੇਮ ਦੀ ਟ੍ਰੇਨਿੰਗ ਕਰਨੀ ਹੈ ਉਹਨਾਂ ਲਈ ਸਵਿਮਿੰਗ ਪੂਲ ਦੀ ਇਜਾਜ਼ਤ ਦੇ ਦਿੱਤੀ ਗਈ ਹੈ 15 ਅਕਤੂਬਰ ਤੋਂ। ਅਤੇ ਇਹਨੂੰ ਵੀ ਲੈ ਕੇ ਪੰਜਾਬ ਗਵਰਨਮੈਂਟ ਦੀਆਂ ਜਿਹੜੀਆਂ ਆਉਣਗੀਆਂ SOPs, ਉਹੀ ਸਾਰੀਆਂ ਗਾਈਡਲਾਈਨਸ ਦੇ ਤਹਿਤ ਹੀ ਇਹ ਸਾਰੀਆਂ ਚੀਜ਼ਾਂ 15 ਤਰੀਕ ਤੋਂ ਖੁੱਲ੍ਹਣਗੀਆਂ, ਜੇ ਸਰਕਾਰ ਚਾਹੇਗੀ। ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਅਨਲੌਕ 4 ਦੇ ਵਿੱਚ ਸਰਕਾਰ ਵੱਲੋਂ, ਕੇਂਦਰ ਸਰਕਾਰ ਵੱਲੋਂ 100 ਦੀ ਗੈਦਰਿੰਗ ਦੇ ਨਾਲ ਵਿਆਹ ਸ਼ਾਦੀਆਂ ਸਮਾਗਮ ਕਰਾਉਣ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਜਿਹੜੀ ਸਟੇਟ ਗਵਰਨਮੈਂਟ ਹੈ, ਪੰਜਾਬ ਗਵਰਨਮੈਂਟ ਨੇ, ਉਸਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਸਾਰੀਆਂ ਚੀਜ਼ਾਂ ਲਾਗੂ ਹੋਣਗੀਆਂ, ਜਿਹੜੀਆਂ ਵੀ ਪੰਜਾਬ ਗਵਰਨਮੈਂਟ ਨੂੰ ਲੱਗਣਗੀਆਂ ਇਹ ਚੀਜ਼ਾਂ ਸਾਰੀਆਂ ਖੁੱਲ੍ਹ ਸਕਦੀਆਂ ਨੇ, ਉਹਨਾਂ ਦੇ ਉੱਤੇ ਹੀ SOPs ਜਾਰੀ ਕੀਤੀ ਗਈ। ਇਸ ਤੋਂ ਬਾਅਦ ਹੀ ਜੇ ਆਪਾਂ ਗੱਲ ਕਰੀਏ ਸਕੂਲ ਅਤੇ ਕਾਲਜਿਸ ਨੂੰ, ਇੰਸਟੀਟਿਊਟ ਨੂੰ, ਸਾਰੇ ਇੰਸਟੀਟਿਊਟ ਨੂੰ ਖੁੱਲ੍ਹਣ ਦੀ ਵੀ ਇਜਾਜ਼ਤ ਦਿੱਤੀ ਗਈ ਹੈ 15 ਅਕਤੂਬਰ ਤੋਂ। ਇਹਦੇ ਵਿੱਚ ਗੱਲ ਇਹ ਹੈ ਕਿ ਸਕੂਲ ਵਾਲੇ ਜੋ ਸਕੂਲ ਦੇ ਸਕੂਲ ਵਾਲੇ ਹੋਣਗੇ, ਸਾਰੇ ਸਕੂਲ ਵਾਲੇ, ਕੋਚਿੰਗ ਵਾਲੇ, ਜਿੰਨੇ ਵੀ ਹੈ, ਆਪਣੇ ਸਟੂਡੈਂਟਸ ਨੂੰ ਬੁਲਾ ਸਕਦੇ ਨੇ। ਪਰ ਉਹਦੇ ਰਿਗਾਰਡਿੰਗ ਵੀ ਜੋ ਪੇਰੈਂਟਸ ਨੇ ਬੱਚਿਆਂ ਦੇ, ਉਹਨਾਂ ਨੂੰ ਰਿਟਨ ਦੇ ਵਿੱਚ ਕੰਸੈਂਟ ਦੇਣਾ ਪਵੇਗਾ ਕਿ ਸਾਡੇ ਬੱਚੇ 15 ਅਕਤੂਬਰ ਤੋਂ ਸਕੂਲ ਦੀਆਂ ਜਿਹੜੀਆਂ ਗਾਈਡਲਾਈਨਸ ਸਰਕਾਰ ਬਣਾਏਗੀ ਉਹਨਾਂ ਦੇ ਤਹਿਤ ਕਲਾਸਾਂ ਲਗਾਉਣ ਲਈ ਸਕੂਲ ਦੇ ਵਿੱਚ ਜਾ ਸਕਦੇ ਨੇ ਫਿਜ਼ੀਕਲੀ। ਪਰ ਇਸ ਦੇ ਨਾਲ ਇਹ ਵੀ ਹੈ, ਜੇਕਰ ਕੋਈ ਸਟੂਡੈਂਟ ਔਨਲਾਈਨ ਕਲਾਸ ਦੇ ਵਿੱਚ ਜਾਣਾ ਚਾਹੁੰਦਾ ਹੈ, ਜੇ ਉਹਨਾਂ ਦੇ ਪੇਰੈਂਟਸ, ਬੱਚਿਆਂ ਦੇ ਪੇਰੈਂਟਸ ਅਲਾਓ ਨਹੀਂ ਕਰਦੇ ਕਿ ਉਹਨਾਂ ਨੂੰ ਸਕੂਲ ਭੇਜਣਾ, ਹਾਲੇ ਜਿੰਨੀ ਦੇਰ ਤੱਕ ਕਈ ਸਟੂਡੈਂਟਸ ਦੇ ਪੇਰੈਂਟਸ ਸੋਚਦੇ ਨੇ ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ ਉਦੋਂ ਤੱਕ ਅਸੀਂ ਨਹੀਂ ਭੇਜਦੇ, ਤਾਂ ਔਨਲਾਈਨ ਕਲਾਸਾਂ ਵੀ ਸਕੂਲ ਵਾਲਿਆਂ ਨੂੰ ਜਾਰੀ ਰੱਖਣੀਆਂ ਪੈਣਗੀਆਂ। ਇਹ ਬਹੁਤ ਵੱਡੀ ਖਬਰ ਹੈ ਜਿਹਦੇ ਵਿੱਚ ਸਰਕਾਰ ਨੇ 15 ਅਕਤੂਬਰ ਤੋਂ ਸਕੂਲ ਨੂੰ ਸਕੂਲ ਸਟਾਰਟ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਪਰ ਇਹ ਵੀ ਪੰਜਾਬ ਗਵਰਨਮੈਂਟ ਜੇ ਇਜਾਜ਼ਤ ਦੇਣਗੇ ਤਾਂ ਹੋਵੇਗਾ, ਉਹਨਾਂ ਦੀ SOP ਜਾਰੀ ਹੋਣਗੀਆਂ, ਫਿਰ ਹੀ ਸਕੂਲ ਦੇ ਵਿੱਚ ਬੱਚੇ ਆਪਣੀਆਂ ਕਲਾਸਿਸ ਲੈਣ ਲਈ ਜਾ ਸਕਦੇ ਨੇ। ਉਹਦੇ ਨਾਲ ਹੀ ਕਾਲਜਿਸ ਦੇ ਵਿੱਚ ਜਿਹੜੇ ਬੱਚੇ PhD ਕਰ ਰਹੇ ਨੇ ਜਾਂ ਫਿਰ ਕੋਈ ਸਾਇੰਸ ਦੇ ਬੱਚੇ ਨੇ ਜਿਨ੍ਹਾਂ ਨੂੰ ਲੈਬ ਦੇ ਵਿੱਚ ਜਾਣਾ ਪੈਂਦਾ ਹੈ, ਆਪਣੀਆਂ ਜੋ ਲੈਬੋਰਟਰੀ ਦੇ ਵਿੱਚ ਐਕਸਪੈਰੀਮੈਂਟ ਕਰਨੇ ਪੈਂਦੇ ਨੇ, ਉਹਨਾਂ ਨੂੰ ਵੀ 15 ਤਰੀਕ ਤੋਂ ਇਜਾਜ਼ਤ ਦੇ ਦਿੱਤੀ ਗਈ ਹੈ ਕਿ ਉਹ ਸਾਰੇ ਬੱਚੇ ਜਾ ਕੇ ਆਪਣੇ ਐਕਸਪੈਰੀਮੈਂਟ ਨੇ ਸਾਇੰਸ ਦੇ ਜਾਂ ਫਿਰ ਕਿਸੇ ਹੋਰ ਵੀ ਲੈਬੋਰਟਰੀ ਦੇ ਜੋ ਬੱਚੇ ਨੇ ਉਹ ਆਪਣੇ ਐਕਸਪੈਰੀਮੈਂਟ ਜਾ ਕੇ ਕਰ ਸਕਦੇ ਨੇ, ਜੋ ਪਹਿਲੇ ਕਾਫੀ ਟਾਈਮ ਤੋਂ ਸਭ ਬੰਦ ਸੀਗਾ। ਅਤੇ ਹੁਣ 15 ਅਕਤੂਬਰ ਤੋਂ ਕੇਂਦਰ ਸਰਕਾਰ ਵੱਲੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਖੁੱਲ੍ਹ ਦੇ ਦਿੱਤੀ ਗਈ ਹੈ। ਪਰ ਇਹ ਸਾਰਾ ਕੁਝ ਤਾਂ ਹੀ ਹੋ ਪਾਏਗਾ ਜੇ ਪੰਜਾਬ ਗਵਰਨਮੈਂਟ ਇਹਦੇ 'ਤੇ ਰਾਜ਼ੀ ਹੁੰਦੀ ਹੈ। ਉਹਨਾਂ ਨੂੰ ਲੱਗਦਾ ਹੈ, ਪੰਜਾਬ ਗਵਰਨਮੈਂਟ ਨੂੰ ਜੇ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਇੱਕੋਦਮ ਖੋਲ੍ਹਣੀਆਂ ਚਾਹੀਦੀਆਂ ਨੇ, ਤਾਂ ਹੀ ਇਹ ਸਾਰੀਆਂ ਚੀਜ਼ਾਂ ਖੁੱਲ੍ਹ ਸਕਣਗੀਆਂ। ਇਸ ਦੇ ਨਾਲ ਹੀ ਹੁਣ ਗੱਲ ਕਰਦੇ ਹੈਗੇ ਹਾਂ ਸੋਸ਼ਲ ਗੈਦਰਿੰਗ ਦੀ, ਵਿਆਹ ਸਮਾਗਮਾਂ ਦੀ। ਜਿਵੇਂ ਕਿ ਹੁਣ ਤੁਹਾਨੂੰ ਪਤਾ ਹੈ ਕਿ ਸਾਰੇ ਕਾਫੀ ਦਿਨਾਂ ਤੋਂ ਇਹਦੇ 'ਤੇ ਵੀ ਰੋਸ ਪ੍ਰਦਰਸ਼ਨ ਕਰ ਰਹੇ ਸਨ ਸਾਰੇ ਮੈਰਿਜ ਪੈਲੇਸ ਵਾਲੇ, ਜਾਂ ਫਿਰ ਜੇ ਆਪਾਂ ਗੱਲ ਕਰੀਏ ਕੋਈ ਹੋਰ ਸੋਸ਼ਲ ਗੈਦਰਿੰਗ ਘਰਾਂ ਦੇ ਵਿੱਚ ਕਰਨੀ ਹੋਵੇ, ਕੋਈ ਕਿਸੇ ਵੀ ਫੰਕਸ਼ਨ ਨੂੰ ਲੈ ਕੇ ਪਹਿਲੇ ਹੀ ਕੇਂਦਰ ਸਰਕਾਰ ਵੱਲੋਂ 100 ਬੰਦਿਆਂ ਦੀ ਗੈਦਰਿੰਗ ਨੂੰ ਅਲਾਊਡ ਕਰ ਦਿੱਤਾ ਗਿਆ ਸੀਗਾ, ਪਰ ਪੰਜਾਬ ਸਰਕਾਰ ਨੇ ਇਹਨੂੰ ਰੋਕ ਲਗਾਈ ਹੋਈ ਸੀਗੀ ਕਿ 100 ਬੰਦਿਆਂ ਦੀ ਗੈਦਰਿੰਗ ਨਹੀਂ ਹੋ ਪਾਵੇਗੀ। ਹੁਣ ਇਹਦੇ ਵਿੱਚ ਇਹ ਹੈ ਕਿ
100 ਬੰਦਿਆਂ ਦੀ ਗੈਦਰਿੰਗਸ ਨੂੰ ਤਾਂ ਅਲਾਊਡ ਕੀਤਾ ਹੋਇਆ, ਪਰ ਇਹਦੇ ਨਾਲ ਹੀ ਨਾਲ ਜੇ ਕੋਈ ਜਗ੍ਹਾ 'ਤੇ 200 ਬੰਦਿਆਂ ਦੀ ਗੈਦਰਿੰਗ ਹੁੰਦੀ ਹੈ ਜਾਂ ਫਿਰ 500 ਬੰਦੇ ਦੀ ਗੈਦਰਿੰਗ ਦੀ ਜਗ੍ਹਾ ਹੈ, ਜਿਵੇਂ ਆਪਾਂ ਵੱਡੇ ਵੱਡੇ ਮੈਰਿਜ ਰਿਜ਼ੋਰਟ ਦੀ ਗੱਲ ਕਰ ਲਈਏ ਜਾਂ ਮੈਰਿਜ ਪੈਲਸ ਦੀ ਗੱਲ ਕਰ ਲਈਏ, ਜੇ ਉੱਥੇ ਬੰਦਿਆਂ ਦੀ ਕਪੈਸਿਟੀ 500 ਬੰਦੇ ਦੀ ਹੈ ਅਤੇ ਉਹਦੇ ਨਾਲ ਹੁਣ ਕੇਂਦਰ ਸਰਕਾਰ ਨੇ 50% ਬੰਦਿਆਂ ਨੂੰ ਅਲਾਊਡ ਕਰ ਦਿੱਤਾ ਹੈ। ਜਿਸ ਜਗ੍ਹਾ 'ਤੇ 500 ਬੰਦੇ ਦੀ ਗੈਦਰਿੰਗ ਹੈ ਉੱਥੇ 250 ਬੰਦੇ, ਜਿਸ ਜਗ੍ਹਾ 'ਤੇ 400 ਬੰਦੇ ਨੇ ਉਸ ਜਗ੍ਹਾ 'ਤੇ 50% ਬੰਦੇ 200 ਬੰਦੇ ਦੀ ਗੈਦਰਿੰਗ ਨੂੰ ਅਲਾਊਡ ਕਰ ਦਿੱਤਾ ਗਿਆ। ਪਰ ਇਹਦੇ ਨਾਲ ਹੀ ਉਸ ਜਗ੍ਹਾ ਦੇ ਉੱਤੇ SOP ਜਾਰੀ ਹੋਏਗੀ ਕਿਸ ਤਰ੍ਹਾਂ ਉਸ ਜੋ ਏਰੀਆ ਹੋਵੇਗਾ 500 ਬੰਦੇ ਦਾ ਏਰੀਆ ਹੋਵੇਗਾ ਉਸ ਨੂੰ ਉਹਦੇ ਵਿੱਚ 250 ਬੰਦੇ ਕਿਸ ਤਰ੍ਹਾਂ ਮੈਨੇਜ ਕਰਨੇ ਹੋਣਗੇ, ਕਿਸ ਤਰ੍ਹਾਂ ਦੀ ਸੋਸ਼ਲ ਡਿਸਟੈਂਸਿੰਗ ਹੋਣਗੀ, ਮਾਸਕ ਪਾਉਣਾ ਜ਼ਰੂਰੀ ਹੋਵੇਗਾ, ਸੈਨੇਟਾਈਜ਼ਿੰਗ ਦੀ ਵਰਤੋਂ ਕਰਨੀ ਚਾਹੀਦੀ ਹੈ। ਬਹੁਤ ਵੱਡੀ ਖਬਰ ਹੈ ਜਿਹੜੇ ਲੋਕ ਪੰਜਾਬ ਦੇ ਵਿੱਚ ਕਾਫੀ ਇਸਦਾ ਰੋਸ ਵੀ ਜਤਾਇਆ ਜਾ ਰਿਹਾ ਸੀਗਾ, ਰੋਸ ਵੀ ਜਤਾਇਆ ਜਾ ਰਿਹਾ ਸੀ ਮੈਰਿਜ ਪੈਲੇਸ ਵਾਲਿਆਂ ਵੱਲੋਂ, ਜਿਨ੍ਹਾਂ ਦੇ ਵੱਡੇ ਵੱਡੇ ਮੈਰਿਜ ਪੈਲੇਸ ਹਨ 1000 ਬੰਦਿਆਂ ਦੀ ਗੈਦਰਿੰਗ ਦੇ, 500 ਬੰਦੇ ਦੀ ਗੈਦਰਿੰਗ ਦੇ, ਹੁਣ ਉਹਨਾਂ ਨੂੰ 50% ਦੀ ਗੈਦਰਿੰਗ ਦੇ ਨਾਲ ਅਲਾਊਡ ਕਰ ਦਿੱਤਾ ਗਿਆ ਹੈ ਕੇਂਦਰ ਸਰਕਾਰ ਵੱਲੋਂ। ਹੁਣ ਇਹਦੇ 'ਤੇ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਕਿਸ ਤਰ੍ਹਾਂ ਦੀ ਗਾਈਡਲਾਈਨਸ ਲੈ ਕੇ ਆਉਂਦੀ ਹੈ ਇਹਨਾਂ ਸਾਰਿਆਂ ਦੇ ਲਈ। 500 ਬੰਦੇ ਦੀ ਗੈਦਰਿੰਗ 'ਤੇ 50% ਦੇ ਨਾਲ 250 ਬੰਦਾ ਜਾ ਸਕਦਾ ਹੈ, 400 ਬੰਦੇ ਦੀ ਗੈਦਰਿੰਗ ਵਾਲੇ ਮੈਰਿਜ ਹਾਲ ਦੇ ਵਿੱਚ 200 ਬੰਦੇ ਦੀ ਗੈਦਰਿੰਗ ਹੋ ਸਕਦੀ ਹੈ। ਇਹ ਗੱਲ ਹੈ ਸਿਰਫ ਕੇਂਦਰ ਸਰਕਾਰ ਵੱਲੋਂ। ਜੇ ਇਸ ਦੇ ਉੱਤੇ ਗੱਲ ਕਰੀਏ ਕਿ ਹਾਲੇ ਜਿਹੜੀਆਂ ਬੰਦ ਰੱਖੀਆਂ ਗਈਆਂ ਚੀਜ਼ਾਂ, ਇੰਟਰਨੈਸ਼ਨਲ ਏਅਰ ਟਰੈਵਲ ਬੰਦ ਕੀਤਾ ਗਿਆ ਹੈ ਅਤੇ ਕੰਟੇਨਮੈਂਟ ਜ਼ੋਨ ਦੇ ਵਿੱਚ ਪੂਰੀ ਤਰ੍ਹਾਂ ਲੋਕਡਾਊਨ ਰਹੇਗਾ 31 ਅਕਤੂਬਰ ਤੱਕ। ਜਿਹੜਾ ਵੀ ਕੋਈ ਵੀ ਜਿਵੇਂ ਕਿ ਕੰਟੇਨਮੈਂਟ ਜ਼ੋਨ ਬਣਾਏ ਜਾਂਦੇ ਨੇ ਜਿੱਥੇ ਕੋਰੋਨਾ ਵਾਇਰਸ ਦੇ ਜ਼ਿਆਦਾ ਕੇਸ ਆਉਂਦੇ ਨੇ, ਜੇ ਉਹ ਜਗ੍ਹਾ ਦੇ ਉੱਤੇ ਪੂਰੀ ਤਰ੍ਹਾਂ ਪ੍ਰੋਪਰ 31 ਅਕਤੂਬਰ ਤੱਕ ਲੋਕਡਾਊਨ ਰਹੇਗਾ, ਉਸਦੇ ਉੱਤੇ ਕੋਈ ਵੀ ਛੂਟ ਨਹੀਂ ਦਿੱਤੀ ਗਈ ਹੈ ਜਿੱਥੇ ਵੀ ਕੋਰੋਨਾ ਵਾਇਰਸ ਦੇ ਕੇਸ ਆਉਣਗੇ। ਉਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ ਦੁਬਾਰਾ ਦੱਸਿਆ ਗਿਆ ਕਿ ਕੋਈ ਵੀ ਸਟੇਟ ਆਪਣੇ ਲੈਵਲ ਦੇ ਉੱਤੇ ਲੋਕਡਾਊਨ ਜਾਂ ਕਰਫਿਊ ਨਹੀਂ ਲਗਾ ਸਕਦੀ, ਉਸ ਤੋਂ ਬਾਅਦ ਹੀ ਨਾ ਹੀ ਕਿਸੇ ਕੰਟੇਨਮੈਂਟ ਵਿਦਆਊਟ ਕੰਟੇਨਮੈਂਟ ਜ਼ੋਨ ਦੇ ਵਿੱਚ ਲੋਕਡਾਊਨ ਲੱਗ ਸਕਦਾ ਹੈਗਾ ਵਾ। ਅਤੇ ਉਸ ਦੇ ਨਾਲ ਹੀ ਸਰਕਾਰ ਵੱਲੋਂ ਇੰਟਰ ਸਟੇਟ ਅਤੇ ਇੰਟਰਾ ਸਟੇਟ ਦੀ ਟਰੈਵਲ ਦੇ ਉੱਤੇ ਵੀ ਹੁਣ ਰੋਕ ਲਗਾਉਣ ਦੀ ਨਹੀਂ ਲਗਾਈ ਗਈ ਹੈ ਕਿ ਜਿਵੇਂ ਪਿਛਲੇ ਮਹੀਨੇ ਹੀ ਖੋਲ੍ਹ ਦਿੱਤਾ ਗਿਆ ਸੀਗਾ ਕਿ ਇੱਕ ਸਟੇਟ ਤੋਂ ਦੂਸਰੀ ਸਟੇਟ ਤੱਕ ਸਾਰੇ ਆਰਾਮ ਨਾਲ ਟਰੈਵਲ ਕਰ ਸਕਦੇ ਨੇ, ਕਿਸੇ ਨੂੰ ਕੋਈ ਈ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ, ਨਾ ਹੀ ਕਿਸੇ ਨੂੰ ਕੋਈ ਸਪੈਸ਼ਲ ਪਰਮਿਸ਼ਨ ਲੈਣ ਦੀ ਲੋੜ ਹੋਵੇਗੀ, ਹੁਣ ਵੀ ਇਹੀ ਚੀਜ਼ ਦੁਬਾਰਾ ਤੋਂ ਕੇਂਦਰ ਸਰਕਾਰ ਵੱਲੋਂ ਦੂਸਰੀਆਂ ਸਟੇਟਸ ਨੂੰ ਦੱਸੀਆਂ ਗਈਆਂ ਨੇ। ਹੁਣ ਤੁਹਾਨੂੰ ਦੱਸ ਦਿੰਦੇ ਹਾਂ ਇੱਕ ਵਾਰ ਦੁਬਾਰਾ ਤੋਂ ਸੋਸ਼ਲ ਗੈਦਰਿੰਗ ਦੇ ਵਿੱਚ ਸਪੇਸ ਦੇ ਹਿਸਾਬ ਦੇ ਨਾਲ 50% ਬੰਦੇ ਆਪਾਂ ਅਲਾਊਡ ਕਰ ਦਿੱਤੇ ਗਏ ਨੇ ਕੇਂਦਰ ਸਰਕਾਰ ਵੱਲੋਂ। ਇਹ ਸਾਰੇ ਜਿੰਨੀਆਂ ਵੀ ਗਾਈਡਲਾਈਨਸ ਅਲਾਊਡ ਕੀਤੀਆਂ ਗਈਆਂ ਨੇ ਇਹ ਸਾਰੀਆਂ 15 ਅਕਤੂਬਰ ਤੋਂ ਅਲਾਊਡ ਕੀਤੀਆਂ ਗਈਆਂ ਨੇ। ਹਾਲਾਂਕਿ ਕੱਲ੍ਹ 1 ਅਕਤੂਬਰ ਹੈ, 1 ਅਕਤੂਬਰ ਤੋਂ ਲੈ ਕੇ 14 ਅਕਤੂਬਰ ਤੱਕ ਕੋਈ ਵੀ ਛੂਟ ਨਹੀਂ ਦਿੱਤੀ ਗਈ ਹੈ। ਜੋ ਪਹਿਲੇ ਜੋ ਅਨਲੌਕ 4 ਦੀਆਂ ਗਾਈਡਲਾਈਨਸ ਸੀਗੀਆਂ ਉਸਦੇ ਹਿਸਾਬ ਨਾਲ ਚੱਲਣਾ ਪਵੇਗਾ, ਅਤੇ ਉਸਦੇ ਉੱਤੇ ਜੋ ਪੰਜਾਬ ਗਵਰਨਮੈਂਟ ਦੀਆਂ ਹਦਾਇਤਾਂ ਸੀਗੀਆਂ ਇਸ ਨੂੰ ਲੈ ਕੇ ਉਹਨਾਂ ਦੇ ਉੱਤੇ ਚੱਲਣਾ ਪਵੇਗਾ, ਅਤੇ 15 ਅਕਤੂਬਰ ਜਦੋਂ ਆਏਗੀ ਉਸ ਤੋਂ ਬਾਅਦ ਹੀ ਇਹ ਸਾਰੀਆਂ ਚੀਜ਼ਾਂ ਖੋਲ੍ਹ ਸਕਣਗੀਆਂ। ਸੋਸ਼ਲ ਗੈਦਰਿੰਗਸ ਦੇ ਵਿੱਚ 50% ਅਤੇ ਸਕੂਲ ਅਤੇ ਕਾਲਜਿਸ ਅਤੇ ਉਸਦੇ ਨਾਲ ਹੀ ਜੋ ਐਕਸਪੈਰੀਮੈਂਟਲ ਲੈਬੋਰਟਰੀਜ਼ ਹੁੰਦੀਆਂ ਨੇ ਸਾਇੰਸ ਦੀਆਂ ਜਾਂ ਡਾਕਟਰਸ ਦੀਆਂ ਕੋਈ ਵੀ ਲੈਬੋਰਟਰੀਜ਼ ਹੁੰਦੀਆਂ ਨੇ ਉਹਨਾਂ ਨੂੰ ਵੀ ਖੋਲ੍ਹ ਦਿੱਤਾ ਗਿਆ ਹੈ 15 ਅਕਤੂਬਰ ਤੋਂ ਹੀ। ਅਤੇ ਇਸ ਦੇ ਨਾਲ ਹੀ ਸਿਨੇਮਾ ਹਾਲਸ ਤੋਂ ਵੀ 50% ਕਪੈਸਿਟੀ ਦੇ ਨਾਲ ਖੋਲ੍ਹਿਆ ਜਾ ਸਕਦਾ। ਅਤੇ ਹੁਣ ਬੜੀ ਵੱਡੀ ਰਾਹਤ ਦੀ ਖਬਰ ਹੈ ਫਿਲਮ ਇੰਡਸਟਰੀ ਦੇ ਲਈ ਅਤੇ ਬੋਲੀਵੁੱਡ ਇੰਡਸਟਰੀ ਦੇ ਲਈ। ਪੰਜਾਬ ਦੀ ਜੋ ਆਪਾਂ ਫਿਲਮ ਇੰਡਸਟਰੀ ਕਹਿ ਸਕਦੇ ਹਾਂ, ਕਈ ਫਿਲਮਾਂ ਕਾਫੀ ਟਾਈਮ ਤੋਂ ਜਿੰਨੇ ਮਹੀਨਿਆਂ ਤੋਂ ਲੋਕਡਾਊਨ ਸੀਗਾ ਮਾਰਚ ਤੋਂ ਲੈ ਕੇ ਹੁਣ ਤੱਕ ਜੋ ਵੀ ਇਹਨਾਂ ਦੀਆਂ ਫਿਲਮ ਸੀਗੀਆਂ ਕੋਈ ਵੀ ਥੀਏਟਰ ਦੇ ਵਿੱਚ ਨਹੀਂ ਚੱਲ ਸਕੀ। ਅਤੇ ਹੁਣ ਵਾਲੀਆਂ ਜੋ 15 ਅਕਤੂਬਰ ਤੋਂ ਗਾਈਡਲਾਈਨਸ ਆਈਆਂ ਨੇ, 15 ਅਕਤੂਬਰ ਤੋਂ ਜੋ ਸ਼ੁਰੂ ਹੋਣਗੀਆਂ ਗਾਈਡਲਾਈਨਸ, ਉਹਨਾਂ ਦੇ ਵਿੱਚ ਫਿਲਮਸ ਰਿਲੀਜ਼ ਹੋ ਸਕਣਗੀਆਂ ਸਿਨੇਮਾ ਹਾਲ ਦੇ ਵਿੱਚ। ਉਹ ਵੀ ਤਾਂ ਹੀ ਹੋ ਸਕਣਗੀਆਂ ਜੇਕਰ ਪੰਜਾਬ ਗਵਰਨਮੈਂਟ ਇਸ ਦੇ ਉੱਤੇ ਆਪਣੀ ਨਵੀਂ SOP ਜਾਰੀ ਕਰੇਗੀ ਜਾਂ ਇਸ ਨੂੰ ਪਰਮਿਸ਼ਨ ਦੇਵੇਗੀ। ਇਹ ਸਨ ਅਨਲੌਕ 5 ਦੀਆਂ ਨਵੀਆਂ ਗਾਈਡਲਾਈਨਸ। ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ ਹੋਰ ਵੱਡੀਆਂ ਖਬਰਾਂ ਦੇ ਲਈ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ, ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ, ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374-9947, 84374-9648। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮ।